ਸਤਿ ਸ਼੍ਰੀ ਅਕਾਲ ਜੀ ਸਾਰੇ ਕਿਸਾਨ ਵੀਰਾਂ ਨੂੰ ਅਤੇ YouTube ਫਾਰਮਰ ਚੈਨਲ 'ਤੇ ਤੁਹਾਡਾ ਸਭ ਦਾ ਸਵਾਗਤ ਕਰਦੇ ਹਾਂ। ਸੋ ਕਿਸਾਨਾਂ ਲਈ ਖਾਸ ਤੌਰ 'ਤੇ ਮੌਸਮ ਦੀ ਅਪਡੇਟ ਲੈ ਕੇ ਹਾਜ਼ਰ ਹਾਂ ਕਿ ਅਗਲੇ ਦਿਨਾਂ ਵਿੱਚ ਮੌਸਮ ਪੰਜਾਬ ਦਾ ਕਿਵੇਂ ਦਾ ਰਹੇਗਾ। ਜਿਵੇਂ 5 ਜਨਵਰੀ ਨੂੰ ਦੇਖਿਆ ਕਿ ਪੰਜਾਬ ਦੇ ਵਿੱਚ ਲਗਾਤਾਰ ਸਾਰਾ ਦਿਨ ਹਲਕੇ ਤੋਂ ਲੈ ਕੇ ਦਰਮਿਆਨੇ ਪੱਧਰ ਦਾ ਮੀਂਹ ਦੇਖਣ ਨੂੰ ਮਿਲਿਆ। ਕਈ ਇਲਾਕਿਆਂ ਦੇ ਵਿੱਚ ਤੇਜ਼ ਬਰਸਾਤ ਵੀ ਦਰਜ ਕੀਤੀ ਗਈ ਹੈ। ਸੋ ਜਿਵੇਂ ਕਿ ਇਸ ਦੇ ਸੰਬੰਧੀ ਆਪਾਂ ਜਾਣਕਾਰੀ ਤੁਹਾਡੇ ਨਾਲ ਪਹਿਲਾਂ ਵੀ ਸਾਂਝੀ ਕੀਤੀ ਸੀ ਅਤੇ ਹੁਣ ਗੱਲ ਕਰਾਂਗੇ ਅੱਜ 6 ਜਨਵਰੀ ਤੋਂ ਅਗਲੇ ਦਿਨਾਂ ਦੇ ਮੌਸਮ ਦੀ। ਪਹਿਲਾਂ 6 ਜਨਵਰੀ ਦੀ ਗੱਲ ਕਰੀਏ ਤਾਂ 6 ਜਨਵਰੀ ਨੂੰ ਮੌਸਮ ਪੰਜਾਬ ਦਾ ਆਪਾਂ ਨੂੰ ਸਵੇਰ ਸਮੇਂ ਬੱਦਲਬਾਈ ਵਾਲਾ ਦੇਖਣ ਨੂੰ ਮਿਲੇਗਾ। ਪੂਰਬੀ ਹਵਾਵਾਂ ਸਵੇਰ ਦੇ ਸਮੇਂ ਤੋਂ ਹੀ ਸ਼ੁਰੂਆਤ ਕਰ ਜਾਣਗੀਆਂ ਅਤੇ ਪਹਿਲਾਂ ਪੂਰਬੀ ਇਲਾਕਿਆਂ ਵਿੱਚ ਰਹਿਣਗੀਆਂ। ਸਵੇਰ ਦੇ ਸਮੇਂ ਜਿਹੜੇ ਪੱਛਮੀ ਖੇਤਰ ਹੋਣਗੇ ਉਹਨਾਂ ਵਿੱਚ ਹਵਾਵਾਂ ਦੀ ਰਫ਼ਤਾਰ ਘੱਟ ਰਹੇਗੀ, ਪਰ ਜਿਉਂ ਜਿਉਂ ਸਮਾਂ ਅੱਗੇ ਦੁਪਹਿਰ ਵੱਲ ਵਧੇਗਾ ਤਾਂ ਸੂਬੇ ਦੇ ਵਿੱਚ ਹਵਾਵਾਂ ਦੀ ਗਤੀ ਹੋਰ ਜ਼ਿਆਦਾ ਜ਼ੋਰ ਫੜੇਗੀ ਅਤੇ ਤੇਜ਼ ਗਤੀ ਦੀਆਂ ਪੂਰਬੀ ਹਵਾਵਾਂ ਸੂਬੇ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਚੱਲਦੀਆਂ ਦੇਖਣ ਨੂੰ ਮਿਲਣਗੀਆਂ। ਮੀਂਹ ਦੇ ਹਾਲਾਤ ਅੱਜ 6 ਜਨਵਰੀ ਨੂੰ ਸਵੇਰ ਤੋਂ ਲੈ ਕੇ ਦੁਪਹਿਰ ਤੱਕ ਹਲਕੇ ਫੁਲਕੇ ਬਣੇ ਰਹਿਣਗੇ। ਬੱਦਲਾਂ ਦੀ ਆਵਾਜਾਈ ਬਣੀ ਰਹੇਗੀ ਹਲਕੇ ਤੋਂ ਲੈ ਕੇ ਦਰਮਿਆਨੇ ਪੱਧਰ ਦੀ ਅਤੇ ਦੁਪਹਿਰ ਦੇ ਆਸ ਪਾਸ ਪੰਜਾਬ ਦੇ ਕਈ ਹਿੱਸਿਆਂ ਵਿੱਚ ਹਲਕੀ ਮੱਧਮ ਧੁੱਪ ਬੱਦਲਬਾਈ ਦਰਮਿਆਨ ਵੀ ਦੇਖਣ ਨੂੰ ਮਿਲ ਸਕਦੀ ਹੈ। ਕੋਈ ਜ਼ਿਆਦਾ ਅੱਜ ਤੇਜ਼ ਮੀਂਹ ਦੇ ਆਸਾਰ ਨਹੀਂ ਹੋਣਗੇ। ਇਹ ਕਿਸਾਨਾਂ ਨੂੰ ਜਾਣਕਾਰੀ ਸਾਂਝੀ ਕਰਦੀ ਹੈ ਕਿ 6 ਤਰੀਕ ਨੂੰ ਕੋਈ ਜ਼ਿਆਦਾ ਮੀਂਹ ਨਹੀਂ ਹੋਵੇਗਾ। ਹਲਕੀ ਫੁਲਕੀ ਬੂੰਦਾਬਾਂਦੀ ਜਾਂ ਕਣੀਆਂ ਦਾ ਦੌਰ ਜ਼ਰੂਰ ਦੇਖਣ ਨੂੰ ਮਿਲ ਸਕਦਾ ਹੈ ਕਈ ਹਿੱਸਿਆਂ ਦੇ ਵਿੱਚ, ਪਰ ਪਹਿਲਾਂ ਦੇ ਦਿਨ ਮੁਕਾਬਲੇ ਮੀਂਹ ਜਿਹੜਾ ਕਾਫ਼ੀ ਜ਼ਿਆਦਾ ਘੱਟ ਜਾਵੇਗਾ। ਅਤੇ ਇਸ ਤੋਂ ਬਾਅਦ 7 ਜਨਵਰੀ ਨੂੰ ਵੀ ਮੌਸਮ ਲਗਭਗ ਇਸੇ ਤਰ੍ਹਾਂ ਦਾ ਰਹੇਗਾ। ਹਾਲਾਂਕਿ 7 ਜਨਵਰੀ ਜੋ ਤੜਕੇ ਸਵੇਰ ਦਾ ਸਮਾਂ ਹੋਵੇਗਾ ਤਾਂ ਉਸ ਦਰਮਿਆਨ ਕੁਝ ਛੋਟੇ ਸਪੈਲ ਪੰਜਾਬ ਦੇ ਕਈ ਹਿੱਸਿਆਂ ਵਿੱਚ ਜ਼ਰੂਰ ਲੱਗ ਸਕਦੇ ਨੇ, ਹਲਕੇ ਤੋਂ ਲੈ ਕੇ ਦਰਮਿਆਨੇ ਪੱਧਰ ਦੇ। ਅਤੇ ਉਸ ਤੋਂ ਬਾਅਦ ਗੱਲ ਕਰੀਏ ਆਪਾਂ 7 ਜਨਵਰੀ ਦੁਪਹਿਰ ਤੋਂ ਬਾਅਦ ਪੰਜਾਬ ਦਾ ਮੌਸਮ ਇੱਕ ਵਾਰ ਫਿਰ ਬਦਲਣਾ ਸ਼ੁਰੂ ਹੋ ਜਾਵੇਗਾ, ਕਿਉਂਕਿ ਜਿਹੜਾ ਅਗਲਾ ਸਿਸਟਮ ਆ ਰਿਹਾ ਹੈ ਉਹ ਪੰਜਾਬ ਉੱਪਰ ਆਪਣਾ ਪ੍ਰਭਾਵ ਦਿਖਾਉਣਾ ਸ਼ੁਰੂ ਕਰ ਦੇਵੇਗਾ। 7 ਜਨਵਰੀ ਸ਼ਾਮ ਦੇ ਆਸ ਪਾਸ ਤੋਂ ਬੱਦਲਬਾਈ ਥੋੜ੍ਹਾ ਜਿਹਾ ਸੰਘਣਾ ਰੂਪ ਧਾਰਨ ਕਰੇਗੀ ਅਤੇ ਰਾਤ ਅੱਧੀ ਰਾਤ ਦੇ ਆਸ ਪਾਸ ਤੋਂ ਪੰਜਾਬ ਦੇ ਵਿੱਚ ਫਿਰ ਇੱਕ ਵਾਰ ਆਪਾਂ ਨੂੰ ਦਰਮਿਆਨੇ ਪੱਧਰ ਦਾ ਮੀਂਹ ਬੁਛਾਰਾਂ ਦੇ ਰੂਪ ਵਿੱਚ ਦੇਖਣਾ ਸ਼ੁਰੂ ਹੋ ਜਾਵੇਗਾ। ਇਹਦੇ ਵਿੱਚ ਸਭ ਤੋਂ ਪਹਿਲਾਂ ਪੰਜਾਬ ਦੇ ਕੁਝ ਦੱਖਣ ਪੱਛਮੀ ਇਲਾਕੇ ਸ਼ਾਮਲ ਹੋਣਗੇ। ਇਹਨਾਂ ਇਲਾਕਿਆਂ ਤੋਂ ਬੱਦਲਬਾਈ ਐਂਟਰ ਹੋਵੇਗੀ ਅਤੇ ਇਹਨਾਂ ਇਲਾਕਿਆਂ ਨੂੰ ਸਭ ਤੋਂ ਪਹਿਲਾਂ ਅੱਧੀ ਰਾਤ ਤੜਕੇ ਸਮੇਂ ਹੀ ਕਵਰ ਕਰ ਲਵੇਗੀ ਅਤੇ ਮੀਂਹ ਸ਼ੁਰੂ ਹੋ ਜਾਵੇਗਾ। ਅਤੇ ਉਸ ਤੋਂ ਬਾਅਦ ਜਿਉਂ ਜਿਉਂ ਸਮਾਂ ਅੱਗੇ ਦੁਪਹਿਰ ਅਤੇ ਸ਼ਾਮ ਵੱਲ ਵਧੇਗਾ ਤਾਂ ਮੀਂਹ ਦਾ ਜਿਹੜਾ ਸਪੈਲ ਦਾ ਜਿਹੜੀ ਇੰਟੈਂਸਿਟੀ ਆ ਜਾਂ ਇਹਦਾ ਖੇਤਰ ਆ ਉਹ ਹੋਰ ਜ਼ਿਆਦਾ ਵਧਣਾ ਸ਼ੁਰੂ ਹੋ ਜਾਵੇਗਾ ਅਤੇ 8 ਜਨਵਰੀ ਸਵੇਰ ਦੁਪਹਿਰ ਦੇ ਸਮੇਂ ਲਗਭਗ ਪੰਜਾਬ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਬੱਦਲਬਾਈ ਸੰਘਣੇ ਰੂਪ ਵਿੱਚ ਕਾਇਮ ਹੋ ਜਾਵੇਗੀ ਅਤੇ ਨਾਲ ਹੀ ਮੀਂਹ ਵੀ ਪੰਜਾਬ ਦੇ ਆਪਾਂ ਨੂੰ ਜ਼ਿਆਦਾਤਰ ਹਿੱਸਿਆਂ ਵਿੱਚ ਦੇਖਣ ਨੂੰ ਮਿਲੂਗਾ 8 ਜਨਵਰੀ ਨੂੰ। 8 ਜਨਵਰੀ ਤੜਕੇ ਸਵੇਰ ਤੋਂ ਲੈ ਕੇ ਰਾਤ ਤੱਕ ਪੰਜਾਬ ਦੇ ਕਈ ਹਿੱਸਿਆਂ ਵਿੱਚ ਦਰਮਿਆਨਾ ਅਤੇ ਕੁਝ ਭਾਗਾਂ ਵਿੱਚ ਤੇਜ਼ ਸ਼ਰਾਟੇਦਾਰ ਮੀਂਹ ਦੇਖਣ ਨੂੰ ਮਿਲ ਸਕਦਾ ਹੈ ਅਤੇ ਹੋ ਸਕਦਾ ਹੈ ਕਿ ਪੰਜਾਬ ਦੇ 1-2 ਹਿੱਸਿਆਂ ਦੇ ਵਿੱਚ ਹਲਕੀ ਫੁਲਕੀ ਗੜੇਮਾਰੀ ਵੀ ਹੋ ਸਕਦੀ ਹੈ, ਕਿਉਂਕਿ ਇਹ ਜਿਹੜਾ ਅਗਲਾ ਸਿਸਟਮ ਹੈ ਇਹ ਲਗਭਗ 12 ਤੋਂ ਲੈ ਕੇ 18 ਘੰਟਿਆਂ ਤੱਕ ਪੰਜਾਬ ਨੂੰ ਪ੍ਰਭਾਵਿਤ ਕਰੇਗਾ ਅਤੇ ਇਸ ਦਰਮਿਆਨ ਤੇਜ਼ ਬਰਸਾਤ ਹੋਣ ਦੇ ਚਾਂਸ ਨੇ ਜਿਹੜੇ ਬਣਦੇ ਨਜ਼ਰ ਆ ਰਹੇ ਨੇ। ਬਾਕੀ ਆਪਾਂ ਅਗਲੇ ਦਿਨਾਂ ਵਿੱਚ 8 ਜਨਵਰੀ ਨੂੰ ਸਪੈਸ਼ਲ ਤੌਰ 'ਤੇ ਵੀ ਜਾਣਕਾਰੀ ਜ਼ਰੂਰ ਸਾਂਝੀ ਕਰਾਂਗੇ ਜੋ ਇਸ ਸਿਸਟਮ ਦੇ ਵਿੱਚ ਅਪਡੇਟ ਆਵੇਗੀ ਕਿ ਮੀਂਹ ਦੇ ਹਾਲਾਤ ਕਿਹੜੇ ਇਲਾਕਿਆਂ ਵਿੱਚ ਜ਼ਿਆਦਾ ਹਨ ਅਤੇ ਕਿਹੜਿਆਂ ਦੇ ਵਿੱਚ ਘੱਟ। ਸੋ ਹੁਣ ਜਿਵੇਂ ਕਿ 5 ਜਨਵਰੀ ਨੂੰ ਵੀ ਕਾਫ਼ੀ ਚੰਗੀ ਬਰਸਾਤ ਹੋ ਚੁੱਕੀ ਹੈ, ਸੋ ਜੇਕਰ 8 ਜਨਵਰੀ ਵਾਲਾ ਮੀਂਹ ਪੈਂਦਾ ਹੈ ਤਾਂ ਹੋ ਸਕਦਾ ਹੈ ਕਿ ਫਸਲਾਂ ਨੂੰ ਥੋੜ੍ਹਾ ਬਹੁਤ ਇਹਦਾ ਨੁਕਸਾਨ ਹੋ ਸਕਦਾ, ਖਾਸ ਤੌਰ 'ਤੇ ਸਬਜ਼ੀਆਂ ਨੂੰ। ਕਣਕ ਦੇ ਵਿੱਚ ਵੀ ਪੀਲੇਪਨ ਦਾ ਜਿਹੜਾ ਥੋੜ੍ਹਾ ਜਿਹਾ ਖਦਸ਼ਾ ਵੱਧ ਸਕਦਾ ਹੈ ਕਣਕ ਪੀਲੀ ਹੋਣ ਦਾ, ਸੋ ਕਿਸਾਨ ਵੀਰਾਂ ਨੂੰ ਇਹ ਸਲਾਹ ਦਿੱਤੀ ਜਾਂਦੀ ਹੈ ਕਿ ਜਿਹੜੇ ਖੇਤਾਂ ਵਿੱਚੋਂ ਪਾਣੀ ਦੀ ਨਿਕਾਸੀ ਹੋ ਸਕਦੀ ਹੈ ਤਾਂ ਉਸ ਦਾ ਪ੍ਰਬੰਧ 6-7 ਜਨਵਰੀ ਦੇ ਵਿੱਚ ਕੀਤਾ ਜਾਵੇ ਤਾਂ ਜੋ 8 ਜਨਵਰੀ ਨੂੰ ਜੇਕਰ ਮੀਂਹ ਪੈਂਦਾ ਹੈ ਤਾਂ ਫਸਲਾਂ ਦਾ ਨੁਕਸਾਨ ਹੋਣ ਤੋਂ ਬਚਿਆ ਜਾ ਸਕੇ। ਅਤੇ ਜੋ ਅਪਡੇਟ ਹੁਣ ਦੀ ਹੈ ਉਸ ਦੇ ਮੁਤਾਬਕ ਜੇਕਰ ਆਪਾਂ ਇਲਾਕਿਆਂ ਦੀ ਗੱਲ ਕਰੀਏ ਤਾਂ 8 ਜਨਵਰੀ ਨੂੰ ਆਪਾਂ ਨੂੰ ਪੰਜਾਬ ਦੇ ਕੁਝ ਦੱਖਣੀ ਪੱਛਮੀ ਅਤੇ ਮੱਧ ਪੰਜਾਬ ਦੇ ਜੋ ਖੇਤਰ ਹੋਣਗੇ ਤਾਂ ਉਹਨਾਂ ਦੇ ਵਿੱਚ ਮੀਂਹ ਥੋੜ੍ਹਾ ਜਿਹਾ ਬਾਕੀ ਮੁਕਾਬਲੇ ਇਲਾਕਿਆਂ ਦੇ ਮੁਕਾਬਲੇ ਜ਼ਿਆਦਾ ਰਹਿਣ ਦੇ ਆਸਾਰ ਨੇ, ਸੋ ਇਹ ਇਲਾਕਿਆਂ ਵਾਲੇ ਕਿਸਾਨ ਖਾਸ ਤੌਰ 'ਤੇ ਫਸਲਾਂ ਦੇ ਸੰਬੰਧੀ ਆਪਣੀਆਂ ਕਾਰਵਾਈਆਂ ਕਰ ਸਕਦੇ ਨੇ।